अस्सलाम वालेकुम दोस्तों एक निम, एक निम... दोस्तों <laughs> दोस्तों नवे चैनल पर आ मैं बड़ी प्रॉब्लम हो रही है मेरा फर्स्ट व्लॉग है इस चैनल पर तुख रहे हो यूट्यूब <laughs> दोस्तों ए, मेरा फर्स्ट व्लॉग है लेकिन मेरा चैनल अलहमदुल्ला दूसरा चल रहा है सफदर इनफो न उसका लिंक तो डिस्क्रिप्शन मिल गया इस सफदर वन जीरो एट है उस सफदर इन्फो के नाते ਤੁਸੀਂ ਉਸ ਦਾ ਵਿਜ਼ਿਟ ਕਰੋ ਬੜੀਆਂ ਛੇ ਛੀ ਇਨਫੋਰਮੇਸ਼ਨ ਜਿਹੜੀ ਮੈਂ ਉੱਥੇ ਸ਼ੇਅਰ ਕੀਤੀ ਹੋਈ ਹੈ। ਔਰ ਇਸ ਚੈਨਲ ਤੇ ਵੀ ਮੈਂ ਉਹੀ ਟੌਪਿਕ ਜਿਹੜਾ ਲੈ ਕੇ ਇਨਸ਼ਾਅੱਲਾ ਚਲਸਾਂ ਅੱਛੀ ਅੱਛੀ ਮਾਲੂਮਾਤ ਔਰ ਜਿਹੜੇ ਵੀ ਦੋਸਤ ਚੈਨਲ ਤੇ ਨਵੇਂ ਆਏ ਉਹਨਾਂ ਅਗੇ ਇੱਕ ਛੋਟੀ ਜੀ ਰਿਕਵੈਸਟ ਕਰ ਸੀਏ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਜ਼ਿੰਦਗੀ ਦੇ ਲਮਹੇ ਬਦਲਦੇ ਰਹਿੰਦੇ ਔਰ ਕੋਈ ਨਾ ਕੋਈ ਮਾਲੂਮਾਤ ਜਿਹੜੀ ਉਹ ਬੰਦੇ ਨੂੰ ਹੋਣੀ ਜ਼ਰੂਰੀ ਹੁੰਦੀ ਹੈ। ਕੋਈ ਪਤਾ ਨਹੀਂ ਹੁੰਦਾ ਕਿਸ ਟਾਈਮ ਕਿਸ ਰੰ ਦਾ ਵਕਤ ਆ ਜਾਂਦਾ ਹੈ। ਮੇਰੇ ਬੜੇ ਪਿਆਰੇ ਕਜ਼ਨ ਨੇ ਭਾਈ ਐ ਅਰਸ਼ਦ ਤਬਸਮ ਸਾਹਿਬ ਉਹ ਵੀ ਮੌਜੂਦ ਹਨ ਉਸਰੇ ਚੈਨਲ ਤੇ ਮਾਸ਼ਾਅੱਲਾ ਉਹਨਾਂ ਦੀਆਂ ਕਾਫੀ ਵੀਡੀਓ ਹਨ ਇਸ ਚੈਨਲ ਤੇ ਵੀ ਉਹ ਮੇਰੇ ਨਾਲ ਰਹਿਣਗੇ ਅਰਸ਼ਦ ਭਾਈ ਨੂੰ ਹੁਣ ਵੇਖਦੇ ਆ ਉਹ ਕਿਹੜੇ ਚੱਕਰ ਹੈ ਜਾਜ ਫਿਰਦੇ ਨੇ ਪੈ ਤੇ ਫਿਰ ਤੁਹਾਡੇ ਨਾਲ ਮੁਲਾਕਾਤ ਵੀ ਕਰਾਣੇ ਆ ਉਹਨਾਂ ਦੀ ਓਏ ਕੀ ਕਰਦਾ ਉਹਦਾ ਇੱਥੇ ਹਾਂ ਕੇ ਕਰੇਂਦਾ ਪਿਆ ਮੈਂ ਤਾਂ ਕੋਈ ਨਾ ਕਰੇਂਦਾ ਪਿਆ ਨਹੀਂ ਕੋਈ ਝੋਲੀ ਕੇ ਉੱਤਰ ਨੂੰ ਚਾਈ ਵਦਾ ਕੇ ਇਹਦੇ ਚ ਪੈਂਦਾ ਵਦਾ ਮੈਂ ਮੈਂ ਤਾਂ ਕੋਈ ਸ਼ੈ ਨਹੀਂ ਲੁਕਾਈ ਲੁਕਾਈ ਤੇ ਝੋਲੀ ਕੇ ਉੱਤਰ ਚਾਈ ਹੋਈ ਬਾਈ ਜੀ ਮੈਂ ਤਾਂ ਕੋਈ ਸ਼ੈ ਵੀ ਨਹੀਂ ਲੁਕਾਈ ਮੈਂ ਇਹਦੇ ਬਾਹਰ ਬਾਹਰ ਕਪਾਹ ਦੀ ਫਸਲ ਚ ਬਾਹਰ ਇਹ ਤੇ ਬਟੇਰਾ ਇੱਕ ਆਇਆ ਹੋਰ ਬਟੇਰਾ ਕੇ ਝੋਲੀ ਪਾਉਣਾ ਇਹ ਬਟੇਰਾ ਤੂੰ ਸਾਟੇ ਟਾਈਮ ਐ ਇੱਕ ਪਾ ਚੁਣੀ ਬਦਲ ਗਿਆ ਇਹ ਦਿਆ ਸ਼ਰਾ ਘੰਟੇ ਦੀ ਖਰਾਬ ਕਾਰ ਛੋੜੀ ਮੈਂ ਨਾ ਤੂੰ ਲੋਕਾਂ ਦਾ ਰੜੇ ਕਰੇਂਦਾ ਵਾ ਨਾ ਤੂੰ ਇੱਥੇ ਮੈਨੂੰ ਮਾਫੀ ਦੇਵੇਂ ਮੈਂ ਰੜੇ ਕਿਹੜੇ ਕਰਨਿਆ ਨਾ ਇਹਦੇ ਖਾਦ ਨਹੀਂ ਪੌਂਦੀ ਐ ਸਜ ਵਾਹ ਭਾਈ ਵਾਹ ਦੋਸਤੋ ਇਹ ਜੇ ਉਹ ਸਾਡਾ ਭਾਈ ਅਰਸ਼ਦ ਔਰ ਇਸ ਦੀ ਹਰਕਤਾਂ ਜਿਹੜੀਆਂ ਹਰ ਵੀਡੀਓ ਚ ਇਨਸ਼ਾਅੱਲਾ ਤੁਹਾਨੂੰ ਮਿਲਦੀਆਂ ਰਾਸੇ ਨੇ ਕੇ ਕੇ ਹਰਕਤਾਂ ਕਰੇਂਦਾ ਬੰਦਾ ਔਰ ਮੈਂ ਕੋਸ਼ਿਸ਼ ਕਰਸਾਂ ਇਸ ਨੂੰ ਸਮਝਾਣ ਦੀ ਇਹ ਕੋਸ਼ਿਸ਼ ਕਰੇ ਸੀ ਹਰਕਤਾਂ ਵਧਾਣ ਦੀ ਕਪਾ ਚੋਰੀ ਕਰੇਂਦੇ ਪਾਇਓ ਹੈ ਅਰਸ਼ਦ ਸਾਹਿਬ ਉਹ ਤੇ ਉਹ ਜ ਲੈਨ ਤੂੰ ਨਾਪੋ ਤੇ ਪਤਾ ਨਹੀਂ ਇਹਨਾਂ ਵੇਤੇ ਚੋਰੀ ਵਾਲੇ ਬੰਦੇ ਦੀ ਕੀ ਸਜ਼ਾ ਹੈ ਹਾਂ ਤਾਂ ਬੜੀ ਭੈੜੀ ਆਈ ਹੁਣ ਬਦ ਮਜਬੂਰੀ ਨੂੰ ਚੋਰ ਵੀ ਮਜਬੂਰੀ ਨੂੰ ਬਦੇ ਹੁੰਦੇ ਨੇ ਦਿ ਰਾਤੀ ਜਦ ਹੀ ਆ ਦਿ ਰਾਤੀ ਤਸੀਹ ਲਸਾਂ ਨਾ ਪਲੈਂਦੇ ਉਸਲੇ ਵੀ ਉਹ ਮਜਬੂਰੀ ਨਹੀਂ ਵੇਦੇ ਸਾਂ ਗੜੈਂਦੇ ਵੀ ਬੜਾ ਨੋ ਲਾਟੂ ਨਹੀਂ ਫਿਰਦਾ ਐਂ ਫਿਰੈਂਦੇ ਨੋ ਕੋਈ ਕੋਈ ਤਾਂ ਮਾਫੀ ਕਰ ਛੁੜੇਂਦਾ ਰਹਿਮ ਦੇ ਲੋਂਦੇ ਨਾ ਜੀ ਅੱਜ ਤੁਹਾਨੂੰ ਮਾਫੀ ਕੋਈ ਨਹੀਂ ਆਏ ਭਾਈ ਸਰਫਰਾਜ਼ ਦੁਰਾਂ ਦੀ ਕਪਾ ਆਏ ਇਹ ਮੈਂ ਉਹਨਾਂ ਨੂੰ ਦੱਸਣਾ ਨਾ ਦੱਸਿਆ ਅੱਜ ਨੇ ਦੱਸਿਆ ਤੇਰੀ ਸਜ਼ਾ ਪਤਾ ਕੀ ਚੱਕਾਂ ਦੀ ਦੋਸਤੋ ਚੱਕਾਂ ਦੇ ਵਿੱਚ ਸਜ਼ਾ ਪਤਾ ਨੇ ਕੀ ਦਿੰਦੇ ਨੇ ਚੋਰ ਨੂੰ ਮੂੰ ਕਾਲਾ ਕਰਕੇ ਤੇ ਖੋਤੇ ਤੇ ਚੜਾਉਂਦੇ ਨੇ ਤੇ ਜਿਸ ਦਾ ਅੱਗੇ ਹੀ ਕਾਲ ਹੋਵੇ ਨਹੀਂ ਉਹ ਤੁਹਾਡੇ ਉੱਤੇ ਪਾਊਡਰ ਮਾਲ ਲੈਸੇ ਚੁੱਟਾ ਕਰ ਛੁੜੇ ਸੇ ਦੁਆਨ ਰੰਗ ਉਹਨਾਂ ਡਿਫਰੈਂਟ ਦੇ ਬਣੋਂਦਾ ਹੈ ਅੱਛਾ ਖਲੋ ਬੋ ਨਾ ਇਥੇ ਨਾ ਹੱਲੇ ਮੈਨ ਮਲਣ ਦਿਓ ਮਲਣ ਨਹੀਂ ਦਿਓ ਇਹਦੇ ਮੈਨ ਮਲਣ ਦਿਓ ਨਾ ਨਾ ਮਲਣਾ ਨਹੀਂ ਹੈ 100 ਡਾੜਾ ਚੋਰ ਦਾ ਤੇ 1 ਡਾੜਾ ਸਾਈਂ ਦੋਂਦਾ ਜੇ ਡਾੜਾ ਸਾਈਂ ਨਾ ਪਲੈਂਦੇ ਨਾ ਉਹ ਡੜੇ ਮੂੰਹ ਜਿਹੜਾ ਨਾ ਲਾਲ ਕਰ ਛੁੜੇ ਨੇ ਮਾਰ ਮਾਰ ਕੇ ਹੱਤੋਂ ਲੱਭਦਾ ਰਾਹ ਨਹੀਂ ਨਿਕਲੀ ਕਿੱਥੋਂ ਹੁਣ ਮੈਂ ਤੇਰੇ ਤੇ ਮੈਂ ਤਰਸ ਆਂਦਾ ਪਿਆ ਇੱਕ ਸ਼ਰਤ ਤੇ ਮੈਂ ਤਾਂ ਜਿਹੜਾ ਨਾ ਛੁੜੇਨਾ ਹਾਂ ਕੈਮਰੇ ਦੱਗੇ ਤਾਂ ਤੁਸੀਂ ਵੈਸੇ ਹੁਣ ਆ ਗਏ ਹੋ ਜੀ ਹਾਂ ਜੀ ਹਰਕਤ ਤੁਹਾਡੀ ਫਧੀ ਗਈ ਮੇਰੀ ਨੈਟ ਤੇ ਵੀਡੀਓ ਨੇ ਚਾੜੀ ਇਹ ਤਾਂ ਵੈਸੀ ਵੈਸੀ ਅਗਰ ਤੂੰ ਬਚਣਾ ਚਾਹਨਾ ਨਾ ਜੀ ਹਾਂ ਕੋਈ ਮੈਸੇਜ ਦੇ ਓ ਕੀ ਹੁੰਦਾ ਪੈਗਾਮ ਦੇ ਕੇ ਇਹ ਚੋਰੀ ਜਈਓ ਜੇ ਕੰਮ ਨਾ ਕਰਿਆ ਨਹੀਂ ਤਾਂ ਬੜੇ ਭੈੜੇ ਲਿੱਤਰ ਪੁੱਸਨੇ ਮੈਸੇਜ ਮੈਨੂੰ ਹੀ ਲਿਖਣਾ ਆਂਦਾ ਆਹ ਹੈ ਦੇ ਜਿਹਨੇ ਵੇਦ ਪੈਨ ਨਾਨਾ ਅੱਛੇ ਦੋਸਤੋ ਸਫਤਰ ਭਾਈ ਮੈਨੂੰ ਮੌਕੇ ਤੇ ਫਾਦ ਲਿਆ ਕੋਸ਼ਿਸ਼ ਮੈਂ ਬੜੀ ਕੀਤੀ ਏ ਨਸੜ ਭਜਣ ਦੀ ਲੇਕਿਨ ਨਸਣ ਭਜਣ ਮੈ ਨਹੀਂ ਦਿੱਤਾ ਤੇ ਕੋਸ਼ਿਸ਼ ਕਰੋ ਤੁਸੀਂ ਵੀ ਚੋਰੀ ਧਿਆਨ ਧਿਆਨ ਨਾਲ ਕੀਤੀ ਕਰੋ ਕਿ ਕੋਈ ਬੰਦਾ ਆਸ-ਪਾਸੇ ਕੋਈ ਵੇਦਕ ਕੋਈ ਨਾ ਪਿਓ ਬੀ ਧਿਆਨ ਨਾਲ ਚੰਗਾ ਮੈਂ ਸਹੀ ਦੇ ਰਿਹਾ ਉਦੋਂ ਗੈਸ ਖਲਾਵਣਾ ਜਦੋਂ ਇਸ ਲਿੱਤਰ ਖਾਵਣੇ ਅੱਗੇ ਅਕਸਰ ਮੈਂ ਹੁਣ ਮੈਨੂੰ ਬਤ ਲੱਗ ਗਿਆ ਹੁਣ ਮੈਂ ਮਾਫੀ ਦੇ ਦੋਸਤੋ ਅੱਜ ਤੋਂ ਬਾਅਦ ਤੁਸੀਂ ਚੋਰੀ ਨਾ ਕਰਿਆ ਜਿਹੜੇ ਚੋਰੀ ਕਰਦੇ ਹੋ ਆਪਣੀ ਮੋਟੀ ਚੋਰੀ ਕਰਦੇ ਹੋ ਯਾ ਵੱਡੀ ਚੋਰੀ ਕਰਦੇ ਹੋ ਕੋਸ਼ਿਸ਼ ਕਰੋ ਚੋਰੀਆਂ ਛੋੜ ਦਿਓ ਮੌਕੇ ਤੇ ਬੰਦੇ ਬਾਦਲ ਮੈਂ ਤੇ ਮਰੇਂਦੇ ਬੜੇ ਨੇ ਮੇਰੀ ਤੇ ਜਾਨ ਮੇਰੀ ਜਾਨ ਛੁਡਾ ਨਾ ਸੱਜੀ ਹੈ ਮੈਂ ਵੇਖ ਕੇ ਹੁਣ ਅੱਗੇ ਨਾ ਦੱਸ ਬਸ ਹੁਣ ਨਾ ਦੱਸੇਂਦਾ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਹੁਣ ਮੈਂ ਵਹਾਂ ਤੂੰ ਵਾਂਝਾ ਹਾਂ ਨਹੀਂ ਹੁਣ ਮੈਂ 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 ਲੇਟ ਹੁੰਦੀ ਪਈ ਆ ਹਲਾ ਹੁਣ ਕਿਸੇ ਹੋਰ ਨੂੰ ਨਾ ਸੱਟ ਮਾਰ ਰਖੀ ਹੁਣ ਤੋਂ ਵੈੰਦਾ ਦਪਿਆ ਦੋਸਤੋ ਇਸ ਬੰਦੇ ਨੇ ਤਾਂ ਕੋਈ ਮੱਤ ਆ ਗਈ ਹੈ ਔਰ ਸਾਡੀ ਵੀਡੀਓ ਬਣਾਉਣ ਦਾ ਬਸ ਇਹ ਮਕਸਦ ਆਈ ਅਸਤ ਬਸ ਇੱਕ ਛੋਟਾ ਜਿਹਾ ਤੁਹਾਡੇ ਨਾਲ ਮਜ਼ਾਕ ਕੀਤਾ ਹੈ ਚੋਰੀ ਬੜੀ ਬੁਰੀ ਚੀਜ਼ ਹੁੰਦੀ ਹੈ ਇਸ ਚੀਜ਼ ਤੋਂ ਜਿਹੜਾ ਨਾ ਬੱਚੇ ਕਰੋ ਔਰ ਆਪਣੇ ਬੱਚਿਆਂ ਨੂੰ ਵੀ ਦੂਰ ਰੱਖਿਆ ਕਰੋ ਅਕਸਰ ਵੇਖਿਆ ਬੱਚਿਆਂ ਨੂੰ ਵੀ ਆਦਤਾਂ ਹੁੰਦੀਆਂ ਨੇ ਚੋਰੀਆਂ ਕਰਨ ਦੀਆਂ ਔਰ ਬਚਪਨ ਤੋਂ ਆਦਤ ਜਿਹੜੀ ਬੰਦੇ ਨੂੰ ਪੈ ਜਾਂਦੀ ਨਾ ਤੋ ਫਿਰ ਵੱਡੇ ਹੁੰਦੇ ਤਾਂ ਉਹਦੇ ਨਾਲ ਹੀ ਰਾਂਦੀ ਏ ਉਹ ਫਿਰ ਬੜੀਆਂ ਮੁਸ਼ਕਲ ਹੋ ਜਾਂਦੀਆਂ ਜਦੋਂ ਫਿਰ ਸਾਈਂ ਫੜ ਲੈਂਦੇ ਨਾ ਤਾਂ ਫਿਰ ਬੜਾ ਮਾਰਦੇ ਬੜਾ ਜੇ ਔਰ ਬੇਇਜ਼ਤੀ ਜਿਹੜੀ ਉਹ ਇੱਕ ਵੱਖਰੀ ਹੁੰਦੀ ਏ ਬੰਦਾ ਕੋਈ ਇਜ਼ਤਦਾਰ ਹੋਵੇ ਨਾ ਤੋ ਤੋ ਬੁੱਢ ਕੇ ਮਾਰ ਜਾਂਦਾ ਜਦੋਂ ਚੋਰੀ ਜੇ ਕਿਸੇ ਵੀ ਐਬ ਜ ਬੰਦਾ ਫਦੀਜ ਆਏ ਫਿਰ ਉਸ ਤੋਂ ਬਾਅਦ ਉਸ ਵਾਸਤੇ ਉਹ ਮਰ ਵੰਜਣ ਵਾਲੀ ਚੀਜ਼ ਹੁੰਦੀ ਏ ਅੱਜ ਦੀ ਵੀਡੀਓ ਇੱਥੇ ਐਂਡ ਕਰਦੇ ਆਂ ਉਮੀਦ ਕਰਦਾ ਆਂ ਅੱਜ ਦੀ ਵੀਡੀਓ ਵੀ ਅੱਛੀ ਲੱਗੀ ਹੋਸੀ ਅਗਰ ਅੱਛੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਔਰ ਵੀਡੀਓ